ਔਰ ਮੈਂ ਇੱਕ ਨਸ਼ੇ ਤੇ ਗਾਣਾ ਬਣਾਇਆ ਉਹ ਮੈਂ ਤੁਹਾਨੂੰ ਸੁਣਾਉਣ ਲੱਗਾ ਜੀ। ਤਹਿਸ ਨਹਿਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ, ਉਹ ਪੀਜ਼ੀਆ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ। ਚਰਨਜੀਤ ਚੰਨੀ ਰੱਬ ਵਰਗਾ ਬੰਦਾ ਉਹਨੂੰ ਪ੍ਰਧਾਨ ਮੰਤਰੀ ਬਣਾ ਚਾਹੀਦਾ। ਮੈਨੂੰ 4 ਘੰਟੇ ਵਾਸਤੇ ਬਣਾਓ, ਬਾਕੀ 5 ਸਾਲਾਂ ਵਾਸਤੇ ਉਹਨੂੰ ਬਣਾ ਦਿਓ। ਸੱਚ ਦੇਣਾ ਕੰਮ ਮੈਂ ਕਿਹਾ ਚੰਨੀ ਸਾਹਿਬ ਦੇ ਲਾਈਵ 'ਚ ਵੀ ਕਿਹਾ ਮੈਂ ਕਿਹਾ ਸਰ ਪ੍ਰਧਾਨ ਮੰਤਰੀ ਤੁਸੀਂ ਬਣਨਾ, ਸਿਰਫ ਮੈਂ 4 ਘੰਟੇ ਵਾਸਤੇ ਬਣਨਾ, ਉਸ ਤੋਂ ਬਾਅਦ ਮੈਂ ਨਹੀਂ ਕੰਮ ਕਰਨਾ। ਉਹ ਕਹਿੰਦੇ ਵੀ ਠੀਕ ਆ ਫਿਰ ਮਨਜ਼ੂਰ ਆ, ਬਣਾ ਦੂਗੇ ਕਹਿੰਦੇ। ਜੇ ਪਹਿਲੇ ਪ੍ਰਧਾਨ ਮੰਤਰੀ ਬਣਨ ਸਹੀ ਫੇਰ ਹੀ ਬਣਾਉਗਾ। ਮੈਨੂੰ ਬਹੁਤ ਵੱਡੀ ਗੱਲ ਕਹਿਣਾ ਚਾਹੁੰਦਾ, ਜਿੰਨੇ ਮਨੁੱਖ ਉਹਨੇ ਰੁੱਖ। ਹੁਣ ਇਹਨਾਂ ਨੇ ਕਹਿਣਾ ਪਾਣੀ ਘੱਟ ਗਿਆ, ਬਿਜਲੀ ਨਹੀਂ ਆਉਂਦੀ, ਬਿਜਲੀ ਵੇਚੀ ਜਾਣੀ ਇਹਨਾਂ ਨੇ, ਬੇਈਮਾਨੀ ਕਰੀ ਜਾਣੀ ਇਹਨਾਂ ਨੇ, ਲੋਕਾਂ ਨੂੰ ਉੱਲੂ ਬਣਾਈ ਜਾਣਾ ਇਹਨਾਂ ਨੇ। ਜੇ ਕੋਈ ਸਾਡੇ ਵਰਗਾ ਬੰਦਾ ਹੈਗਾ ਚੀਕਾਂ ਮਾਰਵਾ ਦਾ, ਇਹ ਝੂਠ ਮਾਰਦਾ ਜੀ, ਇਹ ਝੂਠ ਮਾਰਦਾ ਜੀ। ਚਾਹੇ ਕੋਈ ਵੀ ਹੋਏ ਮੰਤਰੀ, ਆਪਾਂ ਨਹੀਂ ਡਰਦੇ, ਆਪਾਂ ਲੋਕਾਂ ਨਾਲ ਖੜੇ ਆ, ਤੇ ਅੱਜ ਵੀ ਖੜੇ ਤੇ ਕੱਲ੍ਹ ਵੀ ਖੜੇ ਆ, ਉਹ ਉੱਦਾਂ ਹੀ ਖੜੇ ਜਿੱਦਾਂ ਉਹੀ ਆ। ਜਿਹੜਾ ਫਾਰਮੂਲਾ ਆਪਣਾ ਜ਼ਿੰਦਗੀ ਤੇ ਮੌਤ ਦਾ ਸਾਡੇ ਫਾਰਮੂਲਾ ਬਣਾਇਆ ਹੋਵੇ, ਮਿਹਨਤ ਕੀਤੀ, ਕਸ਼ਟ ਮਿਹਨਤ ਕੀਤੀ, ਇਹਦੇ ਵਿੱਚ ਆਪਾਂ ਕਿੱਦਾਂ ਦੇ ਦਈਏ ਇਹਨਾਂ ਨੂੰ ਚੱਕ ਕੇ। ਇਹਨਾਂ ਨੇ ਕਦੀ ਸਾਨੂੰ 10 ਰੁਪਏ ਦਿੱਤੇ? ਕਦੇ ਸਾਡੇ ਕੋਲ ਪੁੱਛਿਆ ਤਾਂ ਹੈਗਾ ਕਿ ਨਹੀਂ? ਨਹੀਂ ਪੁੱਛਿਆ ਤੇ ਅਸੀਂ ਇਹਨਾਂ ਨੂੰ ਕਿਉਂ ਦਈਏ? ਸਾਡੇ ਕੋਲ ਹੈਗਾ, ਸਾਨੂੰ 4 ਘੰਟੇ ਬਣਾ ਕੇ ਦੇਖੋ, ਜੇ ਨਾ ਕਰਾਂਗੇ ਭਾਵੇਂ ਗੋਲੀ ਮਾਰ ਦਈਓ। ਜਲੰਧਰ 'ਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਫਿਰ ਇੱਕ ਵਾਰ ਜਿਹੜਾ ਚੋਣਾਂ ਦੇ ਵਿੱਚ ਖੜੇ ਹੋਏ ਨੇ ਨੀਟੂ ਸ਼ਟਰਾਂ ਵਾਲੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ, ਨੀਟੂ ਸ਼ਟਰਾਂ ਵਾਲੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਨੀਟੂ ਜੀ, ਇਸ ਵਾਰ ਫਿਰ ਤੋਂ ਤੁਸੀਂ ਜ਼ਿਮਨੀ ਚੋਣਾਂ ਲੜਨ ਜਾ ਰਹੇ ਹੋ, ਕੀ ਕਹਿਣਾ ਚਾਹੋਗੇ? ਫਿਰ ਦੇਖੋ ਜੀ, ਇਹ ਮੇਰੀ ਨਹੀਂ ਹੈਗੀ, ਇਹ ਨੀ ਮੈਂ ਸਸਕੁੱਟਨੀ ਪਾਰਟ 2 ਫਿਲਮ ਦੇ ਵਿੱਚ ਲੋਕਾਂ ਨੇ ਮੈਨੂੰ ਫੋਨ ਕੀਤੇ ਔਰ ਲੋਕਾਂ ਨੇ 1875 ਵੋਟਾਂ ਪਾਈਆਂ, ਉਹਨਾਂ ਨੇ ਮੈਨੂੰ ਬਾਰ ਬਾਰ ਫੋਨ ਕੀਤੇ ਵੀ ਤੂੰ ਖੜਾ ਹੋਣਾ, ਸਾਡਾ MP ਤੂੰ ਹੀ ਅੱਜ ਦੀ ਡੇਟ ਦੇ ਵੀ, ਤੇ ਮੈਂ ਕਿਹਾ ਮੇਰੇ ਤੋਂ ਪੈਸੇ ਨਹੀਂ ਗਏ। ਉਹਨਾਂ ਨੇ 10-10 ਰੁਪਏ ਇਕੱਠੇ ਕਰਕੇ ਮੇਰੇ ਘਰ ਦੇ ਕੇ ਆਏ ਤੇ ਮੈਨੂੰ ਖੜਾ ਕੀਤਾ ਜੀ। ਮੇਰੇ ਤੋਂ ਪੈਸੇ ਪੋਸਟਰ ਛਪਾਉਣ ਵਾਸਤੇ ਵੀ ਹੈ ਨਹੀਂ ਗਏ, ਤੇ ਮੈਨੂੰ ਉਹ ਕਹਿੰਦੇ ਵੀ ਤੂੰ ਡਰਨਾ ਨਹੀਂ, ਜਦ ਤੱਕ ਤੂੰ ਜਿੱਦਾਂ ਨਹੀਂ ਅਸੀਂ ਤੇਰੇ ਨਾਲ ਉਹਨਾਂ ਤੱਕ ਹੈਗੇ ਆ। ਮਤਲਬ ਵੋਟਾਂ ਤੇ 2 ਹੀ ਬਹੁਤ ਹੁੰਦੀਆਂ ਵਾ, ਇੱਕ ਮੇਰੀ ਤੇ ਇੱਕ ਮੇਰੀ ਘਰ ਦੀ ਦੀ, ਤੇ ਪਰ ਲੇਕਿਨ 1875 ਵੋਟਾਂ ਪੈਣੀਆਂ। ਅਕਸਰ ਦੇਖੋ ਕਹਿੰਦੇ ਤੂੰ ਸਾਨੂੰ ਪਾਣੀ ਦਾ ਗਲਾਸ ਨਹੀਂ ਪਿਆਇਆ, ਨਾ ਤੇਰੇ ਤੋਂ ਪਾਣੀ ਪੀਤਾ, ਤੇ ਅਸੀਂ ਤੈਨੂੰ ਵੋਟ ਉਦਾਂ ਹੀ ਪਾਈ ਆ। ਤਾਂ ਹੁਣ ਮੈਂ ਰੱਬ ਦਾ ਨਾਮ ਲਊਂਗਾ ਜੀ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ। ਹਾਲੇਲੂਇਆ, ਗੌਂਸ ਪਾਕ, ਖੁਸ਼ੀਆਂ ਤੋਂ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ। ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨਾ, ਮੈਨੂੰ ਬਖਸ਼ ਲਓ। ਜੈ ਕਬੀਰ, ਧੰਨ ਕਬੀਰ, ਜਗਾਰਾ ਮਾਂ ਚਿੰਤਪੁਰਨੀ ਦਾ ਬੋਲ, ਸੱਚੇ ਦਰਬਾਰ ਕੀ ਜੈ। ਨਾਮਜ਼ਦਗੀ ਪੱਤਰ ਦਾਖਲ ਕਰਤਾ? ਹਾਂਜੀ ਹਾਂਜੀ ਜੀ, ਦਾਖਲ ਹੋ ਗਿਆ ਜੀ। ਤੁਸੀਂ ਤਾਂ ਕਿਹਾ ਸੀਗਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਿ ਹੁਣ ਅੱਗੇ ਤੁਸੀਂ ਚੋਣਾਂ ਨਹੀਂ ਲੜੋਗੇ, ਤੁਸੀਂ ਕਰਜ਼ੇ 'ਚ ਡੁੱਬ ਚੁੱਕੇ ਹੋ, ਤੇ ਫਿਰ ਤੁਸੀਂ ਚੋਣਾਂ ਲੜਨ ਜਾ ਰਹੇ? ਦੇਖੋ ਜੀ, ਕੋਈ ਬੰਦਾ ਕਹਿੰਦਾ ਮੈਂ 15-15 ਹਜ਼ਾਰ ਖਾਤੇ 'ਚ ਪਾਉਂਦਾ ਆਉਂਦਾ, ਕੋਈ ਕਹਿੰਦਾ ਮੈਂ 1000-1000 ਪਾਉਂਦਾ ਆਉਂਦਾ, ਕੋਈ ਕਹਿੰਦਾ ਮੈਂ ਸਾਲ ਦਾ 1 ਲੱਖ ਰੁਪਏ ਦਿੰਦਾ ਆਉਂਦਾ। ਉਹਨਾਂ ਦੀ ਗੱਲਾਂ 'ਤੇ ਯਕੀਨ ਨਾ ਕਰੋ, ਅਤੇ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਉਹ ਤਾਂ ਜਿੰਦੇ ਜਾਗਦੇ ਵਿਚਾਰੇ, ਆਪਣੇ ਇਮਾਨਦਾਰੀ ਦੀਆਂ ਵੋਟਾਂ ਪਾਈਆਂ, ਦੱਸਾਂ ਨੌਵਾਂ ਦੀ ਕਮਾਈ ਦੀ ਵੋਟਾਂ ਵਾ, ਨਾ ਵਾ ਪਾਣੀ ਪਿਆ, ਨਾ ਮੈਂ ਉਹਨਾਂ ਨੂੰ ਕਦੀ ਕਿਹਾ, ਉਹਨਾਂ ਨੇ ਮੈਨੂੰ ਆਪਣਾ ਕੈਂਡੀਡੇਟ ਚੁਣਿਆ। ਸੋ ਉਹਨਾਂ ਦੇ ਕੈਂਡੀਡੇਟ ਦੇ ਕਰਕੇ ਮੈਂ ਅੱਜ ਇਲੈਕਸ਼ਨ ਲੜ ਰਿਹਾ ਜੀ, ਤੇ ਅੱਜ ਜੇ ਉਹਨਾਂ ਦਾ ਫਰਮਾਨ ਹੈ ਤੇ ਮੈਂ ਦੇਖੋ, ਬੰਦਾ ਕਦੀ ਬਹਾਦਰ ਨਹੀਂ ਹੁੰਦਾ, ਤੇ ਜੇ ਉਹਦੇ ਨਾਲ 4 ਬੰਦੇ ਨਹੀਂ ਖੜੇ ਤਾਂ ਉਹ ਬੰਦਾ ਕਾਹਦਾ। ਸਾਡੇ ਨਾਲ ਤੇ ਫਿਰ ਵੀ 1875 ਬੰਦੇ ਖੜੇ, ਅੱਜ ਦੀ ਡੇਟ ਦੇ ਵਿੱਚ ਵੀ ਖੜੇ ਤੇ ਕੱਲ ਦੀ ਡੇਟ ਦੇ ਵੀ ਖੜੇ ਆ। ਤੇ ਬੈਸਟ ਵਾਲਿਆਂ ਦਾ ਕਿਹਾ ਵਾ ਕਿ ਨੀਟੂ ਨੂੰ ਸੀਟ ਅੱਡ ਕੱਲ ਕੱਢ ਕੇ ਦੇਣੀ ਆ, ਉਦਾਂ ਮੈਨੂੰ ਜਿਹੜਾ ਕਹਿੰਦਾ ਕਿ ਮੈਂ ਜਿੱਤੂਗਾ, ਮੈਂ ਭਰਾ ਤੂੰ ਜਿੱਦਾਂ ਤੂੰ ਦੇ ਜਾ, ਕਹਿਣਾ ਤੇ ਪੈਂਦਾ ਹੀ ਆ ਜੀ। ਪਰ ਮੈਂ ਗੱਲ ਉਹ ਕਰੂੰਗਾ ਕਿ ਸਾਡੇ ਭਾਈ ਚੰਦਰ ਗਰੇਵਾਲ ਜੀ, ਉਹ ਸਾਡੇ ਸਮਾਜ ਨੂੰ ਲੈ ਕੇ ਚੱਲਦੇ ਆ, ਬਹੁਤ ਵਧੀਆ ਇਨਸਾਨ ਹੈ। ਸੋ ਉਹਨਾਂ ਦਾ ਦਿਲੋਂ ਮੈਂ ਸਵਾਗਤ ਕਰਦਾ ਚੰਦਰ ਗਰੇਵਾਲ ਜੀ ਦਾ, ਠੀਕ ਹੈ ਨਾ ਜੀ। ਬਾਕੀ ਇਹ ਹੈ ਕਿ ਜੋ ਸਾਡੀ ਸੋਚ ਹੈ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ, ਆਪਾਂ ਹਰ ਇੱਕ ਬੰਦੇ ਨੂੰ ਉਹ ਝੰਡੇ ਥੱਲੇ ਇਕੱਠਾ ਕਰਕੇ ਉਹਨਾਂ ਦੀ ਸੋਚ ਹਰ ਘਰ ਤੱਕ ਪਹੁੰਚਾਉਣੀ ਹੈ, ਕਿਉਂਕਿ ਇਹਨਾਂ ਲੀਡਰਾਂ ਨੇ ਬੜੇ ਲਾਰੇ ਲਾਏ ਸਾਨੂੰ, ਬੜਾ ਕੁਛ ਕੀਤਾ ਵਾ। ਸਾਡੇ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਧੱਕਾ ਸ਼ਾਹੀ ਚੱਲਦੀ ਇਹਨਾਂ ਦੀ, ਇਹ ਚੱਲੀ ਜਾਂਦੀ ਹੈ।
ਕਹਿੰਦੇ ਬਚ ਕੇ ਰਹੀ ਤੂੰ ਦਿੱਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ, ਮੇਰੇ ਬਾਰੇ ਪੁੱਛ ਲਵੀ ਤੂੰ ਇਹਨਾਂ ਵਜ਼ਾਨੀਆਂ ਤੋਂ, ਸ਼ੁਰੂ ਤੋਂ ਹੀ ਪੁੱਠਾ ਸਾਡਾ ਏ ਹਸਾਬ ਕਹਿੰਦੇ ਆ, ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ, ਉਹ ਦਿੱਲੀ ਨੂੰ ਦੱਬ ਲੈ ਉਹ ਬਣ ਮਸਤ ਮੌਲਾ ਤੂੰ ਲੁੱਟ ਨਜ਼ਾਰੇ ਜ਼ਿੰਦਗੀ ਦੇ, ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰਾਜੇ ਤੁਰ ਗਏ ਨੇ, ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰਾਜੇ ਤੁਰ ਗਏ ਨੇ। ਅਸੀਂ ਜਾਣਾ ਨਹੀਂ ਚਾਹੁੰਦੇ, ਅਸੀਂ ਕੁਛ ਕੰਮ ਕਰਕੇ ਜਾਣਾ ਚਾਹੁੰਦੇ ਹਾਂ। ਜਾਣਾ ਤਾਂ ਹਰ ਕਿਸੇ ਨੇ, ਕਿਸੇ ਨੇ ਅੱਜ ਜਾਣਾ, ਕਿਸੇ ਨੇ ਕੱਲ੍ਹ ਜਾਣਾ, ਪਰ ਜੇ ਕੋਈ ਬੰਦਾ ਸੱਚ ਦਾ ਹੋਕਾ ਦੇ ਕੇ ਜਾਏਗਾ, ਕੋਈ ਤਾਂ ਕਹੇਗਾ ਨੀਰੂ ਸ਼ਰਮਾ ਵਾਲਾ ਸੱਚ ਦਾ ਹੋਕਾ ਲਾਉਂਦਾ ਸੀਗਾ। ਅੱਜ ਇਹਨਾਂ ਬੈਸਟ ਵਾਲਿਆਂ ਵਾਸਤੇ ਬਹੁਤ ਵੱਡੀ ਆਫਰ ਹੈ ਕਿ ਨੀਟੂ ਸ਼ਟਰਾਂ ਵਾਲੇ ਸਾਰੀਆਂ ਵੋਟਾਂ ਪਾ ਕੇ ਜਿਤਾ ਦਿਓ ਤੇ ਤੁਹਾਡੇ ਸਾਰੇ ਕੰਮ ਕਰਾਉਂਗਾ। ਕੀ ਲੱਗਦਾ 2019 ਤੋਂ ਤੁਸੀਂ ਚੋਣਾਂ ਲੜਦੇ ਆ ਰਹੇ ਹੋ, 2023 ਚ ਵੀ ਤੁਸੀਂ ਲੋਕ ਸਭਾ ਜਿਮਨੀ ਚੋਣਾਂ ਲੜੀਆਂ ਸੀਗੀਆਂ, ਉਹ ਚ 4500 ਦੇ ਕਰੀਬ ਵੋਟ ਸੀ, ਇਸ ਵਾਰ ਤੁਹਾਡਾ ਵੋਟ ਬੈਂਕ ਘੱਟ ਨਹੀਂ ਗਿਆ, 1875 ਰਹਿ ਗਿਆ? ਮੈਂ ਤਾਂ ਸਰ 13 ਕੈਂਡੀਡੇਟ ਪੰਜਾਬ ਚ ਖੜੇ ਕਰਨੇ ਇੱਕ ਆਮ ਬੰਦੇ ਵਾਸਤੇ ਕਿ ਜਿੱਦਾਂ ਚਾਚਾ ਫਿਰ ਸਾਈਕਲ ਵਾਲਾ ਹੋ ਗਿਆ, ਭੋਲਾ ਚਾਹ ਵਾਲਾ ਹੋ ਗਿਆ, ਸ਼ਰਮਾ ਸਾਹਿਬ ਹੋ ਗਏ ਆਪਣੇ ਜਿਹੜੇ ਤੰਦੂਰ ਨਾਨਾ ਜਿਹੜੀ ਲਾਉਂਦੇ ਤੰਦੂਰ, ਉਹਨਾਂ ਨੂੰ ਯਾਨੀ ਕਿ ਆਮ ਬੰਦੇ ਖੜੇ ਕਰਦੇ। ਟੀਟੂ ਬਾਣੀਆ ਹੋ ਗਿਆ ਹੈ, ਤੇ ਜੇ ਗੱਲ ਹੋਰ ਕਰੀਏ ਵੀ ਬਿਲਕੁਲ ਜਿਹੜੇ ਬਿਲਕੁਲ ਗਰੀਬ ਬੰਦੇ, ਅਸੀਂ 13 ਕੈਂਡੀਡੇਟ ਉਹ ਵੀ MP ਦੇ ਇਲੈਕਸ਼ਨ ਖੜੇ ਕੀਤੇ, ਮੈਂ ਨਹੀਂ ਕੀਤੇ, ਮਾਤਾ ਚਿੰਤਪੁਰਨੀ ਨੇ ਖੜੇ ਕੀਤੇ ਆ, ਮਹਾਰਾਣੀ ਨੇ, ਦਾਤੀ ਨੇ ਸਾਡੇ ਅੱਗੇ ਆਪਾਂ ਉਹਨਾਂ ਦੇ ਗਰਜ ਲਾਈ ਤੇ ਮਾਤਾ ਚਿੰਤਪੁਰ ਨੇ ਸਾਡੇ ਸਿਰ ਤੇ ਹੱਥ ਰੱਖਿਆ ਤੇ 13 ਕੈਂਡੀਡੇਟ ਪੰਜਾਬ ਚ ਖੜੇ ਕਰਨੇ। ਅੱਜ ਕੱਲ੍ਹ ਤਾਂ ਆਪਣੇ ਘਰ ਦੇ ਇਕੱਠੇ ਨਹੀਂ ਹੁੰਦੇ, ਆਪਾਂ 13 ਕੈਂਡੀਡੇਟ ਖੜਨਾ। ਨਰੇਸ਼ ਕੁਮਾਰ ਲੱਲਾ ਜਿਹੜਾ ਕਹਿੰਦੇ ਆ ਗਿਆ ਨੰਨਾ ਛਾ ਗਿਆ ਨੰਨਾ, ਰਾਜਪੁਰੇ ਵਿੱਚ ਉਹਨੇ ਪੂਰੀ ਸਾਡੀ ਸ਼ਾਨ ਬਣਾਈ। ਹਾਂਜੀ, ਹਾਰੇ ਹੈ ਜੀ, 13 ਦੇ 13 ਬੁਰੇ ਤਰੀਕੇ ਨਾਲ ਹਾਰੇ, ਉਲਟਾ ਸਾਡਾ ਕਰਜ਼ਾ ਵੀ ਚੜ ਗਿਆ। ਫਿਰ ਐਤਕੀ ਸਤਿਕਾਰੇ ਕਰਦੇ ਤੇ ਵੀ ਸਾਡੇ ਕੋਲ ਪੈਸੇ ਹਨ ਨਹੀਂ, ਅਸੀਂ ਨਹੀਂ ਲੈਣਾ। ਲੋਕਾਂ ਨੇ 3 ਦਿਨ ਪਹਿਲਾਂ ਹੀ 10-10 ਰੁਪਏ ਇਕੱਠੇ ਕਰਕੇ ਮੇਰੇ ਕੋਲ ਬੰਦਾ ਲੈ ਗਿਆ, ਕਹਿੰਦਾ ਲਾ ਫਿਰ ਚੰਦਾ। ਮੈਂ ਕਿਹਾ ਯਾਰ ਵੀ ਇਹਦੇ ਨਾਲ ਕੀ ਬਣੂਗਾ, ਪਰ ਸਾਰਿਆਂ ਨੇ ਮਦਦ ਕੀਤੀ ਹੈ ਜੀ, ਮਦਦ ਕਰ ਰਹੇ ਜੀ, ਤੇ ਆਪਾਂ ਫਿਰ ਇੰਜੋਏ ਕਰ ਰਹੇ ਜੀ। ਤੁਸੀਂ BJP ਦੇ ਲੀਡਰਾਂ ਨੂੰ ਵੀ ਮਿਲੇ ਹੋ, ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਮਿਲੇ, ਮਨੋਰੰਜਨ ਕਾਲੀਆ, ਹੋਰ ਵੀ BJP ਦੇ ਲੀਡਰ ਸੀ, ਕਿੰਨੇ ਕਿੰਨੇ ਪੈਸੇ ਦਿੱਤੇ ਤੁਹਾਨੂੰ? ਦੇਖੋ ਸਭ ਤੋਂ ਪਹਿਲਾਂ ਇਨਸਾਨ ਹੈ, ਮੈਂ ਕੋਈ ਜੇਬ 'ਚ ਨਹੀਂ ਕੱਢੇ, ਮੈਂ ਕਿਹਾ ਜੀ ਮੈਂ ਫੰਡ ਇਕੱਠਾ ਕਰਦਾ, ਕਹਿੰਦੇ ਸਾਡੇ ਕੋਲ ਵੀ ਲੈ ਜਾ। ਪਿਆਰ ਦੀ ਗੱਲ ਹੈ ਜੀ, ਸਾਰਿਆਂ ਸਾਡਾ ਪਿਆਰ ਹੈ, ਦੇਖੋ ਹਾਰਨਾ ਜਿੱਤਣਾ ਉਹ ਬਾਅਦ ਦੀ ਗੱਲ ਹੈ, ਪਹਿਲਾਂ ਆਪਾਂ ਇਨਸਾਨ ਹੈ, ਜੇ ਇਨਸਾਨ ਨਹੀਂ ਉਹਨਾਂ ਨੇ ਦੇਤਾ, ਜੇ ਦੇਤਾ ਹੁਣ ਇੱਕ ਗੱਲ ਕਹਿਣ ਵਾਲੀ, 1000 ਰੁਪਏ ਦਿੱਤਾ ਜੀ, 10-10 ਰੁਪਏ ਬਾਕੀ ਦਿੱਤੇ ਜੀ, ਟੋਟਲ ਮੇਰੇ ਕੋਲ 5018 ਰੁਪਏ ਹੋ ਗਏ, 5018 ਰੁਪਏ ਮੇਰੇ ਕੋਲ ਪਏ ਆ, ਤੇ ਉਹ ਮੈਂ ਫਿਰ ਦੇ ਕੇ ਆਪਣਾ ਫਾਰਮ ਜਮ੍ਹਾਂ ਕਰਾਇਆ ਜੀ, ਕਿਉਂਕਿ ਇਹ ਲੋਕਤੰਤਰ ਆ, ਲੋਕਾਂ ਨੇ ਆਪਣੀ ਤਾਕਤ ਦਿਖਾਉਣੀ। ਹੁਣ ਵੀ ਆਪਾਂ ਜਾ ਲੋਕਾਂ ਕੋਲ ਪੈਸੇ ਮੰਗ ਕੇ ਪੋਸਟਰ ਫੋਟੋਆਂ ਜੋ ਵੀ ਹੈ ਸਭ ਲੋਕਾਂ ਦੇ ਪੈਸੇ ਚੱਲੂਗੇ, ਕਿਉਂਕਿ ਆਪਣੇ ਕੋਲ ਪੈਸਾ ਹੈ ਨਹੀਂ, ਆਪਾਂ ਹੱਥ ਖੜੇ ਆ ਤੇ ਖੜੇ ਆ। ਬੈਸਟ ਹਲਕੇ ਬਾਰੇ ਕੀ ਜਾਣਦੇ ਹੋ, ਕੀ ਜਾਣਦੇ ਉੱਥੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਕੋਲ ਜਾਓਗੇ, ਕਿਉਂ ਲੋਕ ਤੁਹਾਨੂੰ ਵੋਟ ਕਰਨ? ਦੇਖੋ ਪਾਣੀ ਦੀ ਸਮੱਸਿਆ, ਸੀਵਰੇਜ ਸਮੱਸਿਆ, ਲੈਟ ਦੀ ਸਮੱਸਿਆ, ਪਰ ਮੈਂ ਇੱਕ ਬਹੁਤ ਵੱਡੀ ਗੱਲ ਕਹਿਣਾ ਚਾਹੁੰਦਾ, ਜਿੰਨੇ ਮਨੁੱਖ ਉਹਨੇ ਰੁੱਖ। ਹੁਣ ਇਹਨਾਂ ਨੇ ਕਹਿਣਾ ਪਾਣੀ ਘੱਟ ਗਿਆ, ਬਿਜਲੀ ਨਹੀਂ ਆਉਂਦੀ, ਬਿਜਲੀ ਵੇਚੀ ਜਾਣੀ ਇਹਨਾਂ ਨੇ, ਬੇਈਮਾਨੀ ਕਰੀ ਜਾਣੀ ਇਹਨਾਂ ਨੇ, ਲੋਕਾਂ ਨੂੰ ਉੱਲੂ ਬਣਾਈ ਜਾਣਾ ਇਹਨਾਂ ਨੇ, ਜੇ ਕੋਈ ਸਾਡੇ ਵਰਗਾ ਬੰਦਾ ਹੈਗਾ ਚੀਕਾਂ ਮਾਰਵਾਦਾ ਤੇ ਝੂਠ ਮਾਰਦਾ ਹੀ, ਇਹ ਝੂਠ ਮਾਰਦਾ ਹੀ, ਚਾਹੇ ਕੋਈ ਵੀ ਹੋਏ ਮੰਤਰੀ, ਆਪਾਂ ਨਹੀਂ ਡਰਦੇ, ਆਪਾਂ ਲੋਕਾਂ ਨਾਲ ਖੜੇ ਆ, ਤੇ ਅੱਜ ਵੀ ਖੜੇ ਕੱਲ੍ਹ ਵੀ ਖੜੇ ਆ, ਉਹ ਉੱਦਾਂ ਹੀ ਖੜੇ ਜਿੱਦਾਂ ਉਹ ਹੀ ਆ, ਤੇ ਇਹ ਨਹੀਂ ਕਿ ਸਾਡੇ 'ਚ ਕੋਈ ਨਵੀਂ ਕੁਆਲਿਟੀ ਆ ਜਾਏਗੀ ਜਾਂ MLA ਬਣਨ ਤੋਂ ਬਾਅਦ ਜਾਂ MP ਬਣਨ ਤੋਂ ਬਾਅਦ, ਨਹੀਂ, ਉਹ ਸਭ ਚੀਜ਼ਾਂ ਪਰੇ ਹੋਣਗੀਆਂ, ਲੋਕਾਂ ਦੇ ਹੱਕਾਂ ਦੀ ਗੱਲ ਹੋਊਗੀ ਸਿਰਫ, ਲੋਕਾਂ ਨੂੰ ਇਨਸਾਫ ਮਿਲੂਗਾ ਯਾਰ, ਸਾਡੇ ਤੋਂ ਕੋਈ ਰੋਂਦਾ ਆਸੂ ਨਹੀਂ ਜਾਊਗਾ ਯਾਰ, ਇਹ ਲੋਕ ਕਰ ਸਕਦੇ ਆ। ਅਸੀਂ ਕਿਸੇ ਮੰਤਰੀ ਨੇ ਕਿਹਾ ਵਾ ਕਿ ਰੁੱਖ ਲਾਓ ਮੈਂ ਪੈਸੇ ਦਿੰਦਾ, ਕਿਸੇ ਨੇ ਨਹੀਂ ਕਹਿਣਾ ਇੰਨੀ ਗੱਲ, ਉਹ ਦੇਖੋ ਜਿਹੜਾ ਮਰ ਜਾਂਦੇ ਆ, 1 ਕੁਇੰਟਲ ਬਾਲਣ ਪਾ ਗਿਆ ਅਸੀਂ, ਅਸੀਂ ਤਾਂ ਚੱਲ ਗਏ 5 ਕੁਇੰਟਲ ਬਾਲਣ, ਜਿਹੜੇ ਬਾਕੀ ਵਿਚਾਰੇ ਬੰਦੇ ਆ ਉਹਨਾਂ ਵਾਸਤੇ ਸੋਚੋ ਹੈ,
ਉਹ ਤੁਹਾਡੇ ਘਰ ਦੇ ਵਿੱਚ ਇਹਨੇ ਜੀਆ ਇੱਕ ਇੱਕ ਪੌਦਾ ਹਰ ਕਿਸੇ ਕੋਲ ਲਵਾਓ ਤੇ ਆਪਣੇ ਪੰਜਾਬ ਨੂੰ ਪਾਣੀ ਬਹੁਤ ਥੱਲੇ ਜਾ ਰਿਹਾ ਇਹ ਉੱਤੇ ਲੈ ਗਿਆ ਉਹਦੇ ਤੇ ਬਿਜਲੀ ਨਹੀਂ ਮਿਲਣੀ ਇਹਦਾ ਕੋਈ ਬਹਾਨਾ ਸਿਰਫ ਇੱਕੋ ਹੀ ਆ ਕਿ ਪਾਣੀ ਖਤਮ ਹੋ ਗਿਆ ਕਦੀ ਪੰਜਾਬ 'ਚ ਪਾਣੀ ਖਤਮ ਹੀ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਨੇ ਕੋਸ਼ਿਸ਼ ਹੀ ਨਹੀਂ ਕਰਨੀ ਇਹ ਬੇਕਾਰ ਬੰਦੇ ਆ ਸਿਰਫ ਇਹਨਾਂ ਨੇ ਕੁਰਸੀ ਤੇ ਬਹਿ ਜਾਣਾ ਏਸੀ ਥੱਲੇ ਬਹਿ ਜਾਣਾ ਵਾ ਹੋਰ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਤੁਸੀਂ ਮੈਨੂੰ ਜਿਤਾਓਗੇ ਮੈਂ ਪੂਰੇ ਇੰਡੀਆ ਤੇ ਕਹੂੰਗਾ ਇੱਕ ਸੰਦੇਸ਼ ਦਊਂਗਾ ਕਿ ਬੂਟੇ ਲਾਓ ਭਰਾਓ ਬੂਟੇ ਲਾਓ ਭਾਓ ਬੂਟੇ ਲਾਓ ਔਰ ਮੈਂ ਇੱਕ ਨਸ਼ੇ ਤੇ ਗਾਣਾ ਬਣਾਇਆ ਉਹ ਮੈਂ ਤੁਹਾਨੂੰ ਸੁਣਾਉਣ ਲੱਗਾ ਜੀ ਤਹਿਸ ਮਹਿਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ ਵੰਸ਼ ਬਚਾਉਣਾ ਮੁਸ਼ਕਿਲ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਤੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਹੁੰਦੀ ਦੇਖ ਲੈ ਧੱਕੇ ਸ਼ਾਈ ਏ ਹੀਰ ਸੇਫ ਨੀ ਜਾਂਦੀ ਮਿੱਤਰਾ ਹੀਰ ਸੇਫ ਨੀ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਤੈਂਦੇ ਕਿਲੇ ਉਮੀਦਾਂ ਦੇ ਜਿਹੜੀ ਅੱਜ ਦੀ ਸੋਚ ਆ ਭਗਤ ਸਿੰਘ ਦੀ ਸੋਚ ਆ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਹਰ ਘਰ ਦੇ ਵਿੱਚ ਸੋਚ ਆ ਚਾਹੀਦੀ ਆ ਔਰ ਜੇ ਨਹੀਂ ਕੋਈ ਮੰਨੂਗਾ ਆਉਣ ਵਾਲਾ ਹਿੰਦੁਸਤਾਨ ਬਹੁਤ ਬੁਰਾ ਖਤਰੇ ਚ ਪਾਊਗਾ ਕੀ ਲੱਗਦਾ ਚਰਨਜੀਤ ਸਿੰਘ ਚੰਨੀ ਹੋਣੀ ਹੁਣ ਸਾਂਸਦ ਬਣੇ ਨੇ ਲੱਗ ਰਿਹਾ ਕਿ ਉਹ ਜਿਹੜੇ ਹਲਕਿਆਂ ਦੇ ਕੰਮ ਕਰਵਾ ਰਹੇ ਨੇ ਨਹੀਂ ਨਹੀਂ ਚਰਨਜੀਤ ਚੰਨੀ ਰੱਬ ਵਰਗਾ ਬੰਦਾ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਮੈਨੂੰ 4 ਘੰਟੇ ਵਾਸਤੇ ਬਣਾਓ ਬਾਕੀ 5 ਸਾਲਾਂ ਵਾਸਤੇ ਉਹਨੂੰ ਬਣਾ ਦਿਓ ਪਹਿਲਾਂ ਮੈਨੂੰ ਬਣਾਓ 4 ਘੰਟਿਆਂ ਵਾਸਤੇ ਉਹ ਕਿਵੇਂ ਬਣੂਗੇ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਗਿਆ ਮੈਂ ਇੰਡੀਆ ਅਮੀਰ ਕਰਕੇ ਦਿਖਾ ਦੇਣਾ ਇਹਨਾਂ ਨੂੰ ਨਹੀਂ ਪਤਾ ਇਹ ਭਾਵੇਂ 50 ਸਾਲ ਵੀ ਲੱਗੇ ਰਹਿੰਦੇ ਇਹਨਾਂ ਨੇ ਕਹਿੰਦਾ ਸਾਨੂੰ ਪਤਾ ਹੀ ਨਹੀਂ ਲੱਗਾ ਉਹ ਸਾਨੂੰ ਤੇ 4 ਘੰਟੇ ਵਿੱਚ ਦਿਓ ਮੌਕਾ ਦੇਖੋ ਅਸੀਂ ਖਿੱਚ ਦੇਣਾ ਕੰਮ ਮੈਂ ਕਿਹਾ ਚੰਨੀ ਸਾਹਿਬ ਦੇ ਲਾਈਵ 'ਚ ਵੀ ਕਿਹਾ ਮੈਂ ਕਿਹਾ ਸਰ ਪ੍ਰਧਾਨ ਮੰਤਰੀ ਤੁਸੀਂ ਬਣਨਾ ਸਰ ਮੈਂ 4 ਘੰਟੇ ਵਾਸਤੇ ਬਣਨਾ ਉਸ ਤੋਂ ਬਾਅਦ ਮੈਂ ਨਹੀਂ ਕੰਮ ਕਰਨਾ ਉਹ ਕਹਿੰਦੇ ਵੀ ਠੀਕ ਆ ਫਿਰ ਮਨਜ਼ੂਰ ਆ ਠੀਕ ਕਹਿੰਦੇ ਬਣਾ ਦੂਗੇ ਬਣਾ ਦੂਗੇ ਕਹਿੰਦੇ ਜੇ ਪਹਿਲੇ ਪ੍ਰਧਾਨ ਮੰਤਰੀ ਬਣਨ ਸਹੀ ਫੇਰ ਹੀ ਬਣਾਉਗਾ ਮੈਨੂੰ ਸਰ ਤੁਸੀਂ ਅਜੇ ਤੱਕ ਕੌਂਸਲਰ ਬਣ ਨਹੀਂ ਪਾਏ ਐਮਐਲਏ ਬਣ ਨਹੀਂ ਪਾਏ ਸਾਂਸਦ ਬਣ ਨਹੀਂ ਪਾਏ ਪ੍ਰਧਾਨ ਮੰਤਰੀ ਕਿਵੇਂ ਬਣੋਗੇ ਯਾਰ ਮੈਂ ਕੋਈ ਪੱਕੀ ਥੋੜੀ ਸੀਟ ਲੈਣ ਚੱਲਿਆ ਮੈਂ ਤਾਂ ਇੱਕ ਫਾਰਮੂਲਾ ਦੇਣਾ ਉਹਨਾਂ ਨੂੰ ਕਿ ਆਹ ਜਿਹੜਾ ਫਾਰਮੂਲਾ ਇੱਧਰ ਆ ਸਿਰਫ ਉਹ ਸਮਝ ਨਹੀਂ ਆ ਰਿਹਾ ਕਿਸੇ ਮੰਤਰੀ ਸੰਤਰੀ ਨੂੰ ਉਹ ਮੈਨੂੰ ਪਤਾ ਵਾ 4 ਘੰਟੇ ਵਾਲੇ ਕਿਵੇਂ ਤੁਸੀਂ ਭਾਜੀ 4 ਘੰਟੇ ਪੂਰਾ ਇੰਡੀਆ ਅਮੀਰ ਹੋਏਗਾ ਭਾਰਤ ਦੇਸ਼ ਅਮੀਰ ਹੋਏਗਾ ਇਹ ਨਹੀਂ ਦੱਸਣਾ ਇਹੀ ਤਾਂ ਫਾਰਮੂਲਾ ਲਿਆ ਮੈਂ 6 ਵਾਰੀ 7 ਵਾਰੀ ਹਾਰਿਆ ਕਿਉਂ ਹਾਰਿਆ ਇਸੇ ਕਰਕੇ ਹਾਰਿਆ ਕਿ ਦੇਸ਼ ਪਿੱਛੇ ਕਿਉਂ ਜਾਣ ਡਿਆ ਯਾਰ ਪਿਛਲੀ ਵਾਰ ਵੀ ਤੁਸੀਂ ਫਾਰਮੂਲੇ ਨੂੰ ਲੈ ਕੇ ਗੱਲਾਂ ਕੀਤੀਆਂ ਨਹੀਂ 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 ਉਹ ਤਾਂ ਵੀ ਨਹੀਂ ਗਲਤ ਗੱਲ ਹੈ ਜਿਹੜਾ ਫਾਰਮੂਲਾ ਆਪਣਾ ਜ਼ਿੰਦਗੀ ਤੇ ਮੌਤ ਦਾ ਸਾਡੇ ਫਾਰਮੂਲਾ ਬਣਾਇਆ ਹੋਵੇ ਮਿਹਨਤ ਕੀਤੀ ਕਸ਼ਟ ਮਿਹਨਤ ਕੀਤੀ ਹੈ ਤੇ ਵਿੱਚ ਆਪਾਂ ਕਿੱਦਾਂ ਦੇ ਦਈਏ ਇਹਨਾਂ ਨੂੰ ਧੱਕੇ ਇਹਨਾਂ ਨੇ ਕਦੀ ਸਾਨੂੰ 10 ਰੁਪਏ ਦਿੱਤੇ ਕਦੇ ਸਾਡੇ ਘਰ ਪੁੱਛਿਆ ਤਾਂ ਹੈਗਾ ਕਿ ਨਹੀਂ ਨਹੀਂ ਪੁੱਛਿਆ ਤੇ ਅਸੀਂ ਇਹਨਾਂ ਨੂੰ ਕਿਉਂ ਦਈਏ ਸਾਡੇ ਕੋਲ ਹੈਗਾ ਸਾਨੂੰ 4 ਘੰਟੇ ਬਣਾ ਕੇ ਦੇਖੋ ਜੇ ਨਾ ਕਰਾਂਗੇ ਭਾਵੇਂ ਗੋਲੀ ਮਾਰ ਦਈਓ ਪਰ ਜੋ ਮੈਂ ਕਹਿ ਤਾਂ ਹੋਣਾ ਉਹੀ ਚਾਹੀਦਾ ਵਾ ਯਾਰ ਪ੍ਰਧਾਨ ਮੰਤਰੀ ਤਾਂ ਨਰਿੰਦਰ ਮੋਦੀ ਨੇ ਇਸ ਸਮੇਂ ਆਹੋ ਉਹਨਾਂ ਨਾਲ ਗੱਲ ਕਰੋ ਨਾ ਤੁਸੀਂ ਉਹਨਾਂ ਨਾਲ ਅਸੀਂ ਕੀ ਗੱਲ ਕਰੀਏ ਤੁਸੀਂ ਗੱਲ ਕਰੋ ਉਹ ਵੀ ਨੀਟੂ ਸ਼ਰਮਾ ਵਾਲਾ ਕਹਿੰਦਾ 4 ਘੰਟੇ ਤੇ ਬਣਾ ਦੋ ਉਹਨੂੰ ਤੁਸੀਂ ਜਾ ਕੇ ਮਿਲੋ ਉਹਨਾਂ ਨੂੰ ਤੇ ਮੈਂ ਤਾਂ ਮਿਲਦਾ ਪਰ ਉਹ ਮਿਲਦੇ ਨਹੀਂ ਕਿਉਂ ਨਹੀਂ ਮਿਲਦੇ ਹੁਣ ਤੁਹਾਡੇ ਕਹਿੰਦੇ ਮੈਂ ਮਿਲ ਪਾਉਂਗਾ ਸਰ ਕੀ ਕਹੋਗੇ ਉਹਨਾਂ ਨੂੰ ਮਿਲ ਮੈਂ ਕਹਿੰਦਾ ਸਿਰ ਮੈਂ ਮਾਰਾ 4 ਘੰਟੇ ਤੇ ਪ੍ਰਧਾਨ ਮੰਤਰੀ ਬਣਨਾ ਮੇਰਾ ਸੁਪਨਾ ਵਾ ਤੇ ਮੈਂ ਇੰਡੀਆ ਨੂੰ ਅਮੀਰ ਕਰਨਾ ਬਸ
ਤੇ ਹੁਣ ਇਹ ਦੱਸ ਦੋ ਕਿ ਜਿਮਨੀ ਚੋਣਾਂ ਕਿਵੇਂ ਲੜੀਆਂ ਜਾਊਗੀਆਂ, ਕਿੱਦਾਂ ਫੰਡ ਜੁਟਾਇਆ ਜਾਵੇਗਾ? ਦੇਖੋ ਮੈਨੂੰ ਉਦਾਂ ਹੀ ਸੀਟ ਦੇ ਦੋ, ਮੈਂ ਜਿੱਤਿਆ ਹੀ ਪਿਆ ਵਾ। ਉਦਾਂ ਹੀ ਮਤਲਬ ਮੈਂ ਜਿੱਤ ਕੇ ਆ ਗਿਆ ਉੱਥੋਂ, ਹੁਣ ਵੋਟਾਂ ਲੈਣ ਜਾਣੀਆਂ ਲੋਕਾਂ ਕੋਲ ਬਸ। ਫਿਰ ਨਾਮਜ਼ਦਗੀ ਕਿਉਂ ਤੁਸੀਂ ਦਾਖਲ ਕੀਤੀ? ਨਹੀਂ ਉਹ ਤੇ ਫਾਰਮੈਲਿਟੀ ਪੂਰੀ ਕਰਨੀ ਪੈਣੀ, ਫਾਰਮੈਲਿਟੀ ਆ ਤੇ ਇਹਦੇ ਫਾਰਮੈਲਿਟੀ ਦਿਖਾਣੀ ਪੈਂਦੀ ਹੁੰਦੀ ਆ। ਅੱਜ ਤਾਂ ਚੋਣਾਂ 10 ਤਰੀਕ ਨੂੰ ਹੋਣੀਆਂ, ਤੁਸੀਂ ਕਹਿੰਦੇ ਪਹਿਲਾਂ ਹੀ ਜਿੱਤ ਗਏ। ਬੈਸਟ ਵਾ ਸਰ, 1 ਲੱਖ ਰੁਪਏ ਪੁੱਛ ਕੇ ਦੇ ਲਓ, ਕਹਿੰਦੇ ਇਹਨੂੰ ਵੋਟ ਪਾਣੀ ਆ। ਔਰ ਮੈਂ ਸਾਰਾ ਤੋਂ ਜਾਜੇ ਤਾਨਾ ਜੀ, ਜੈ ਕਬੀਰ ਕੰਨ ਕਬੀਰ ਜੀ। ਬਿਲਕੁਲ, ਇਹ ਸਨ ਨੀਟੂ ਸ਼ਟਰਾ ਵਾਲੇ। ਇਹਨਾਂ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਹੋਣੀ ਨੂੰ ਮੇਰੀ ਗੱਲ ਹੋਈ ਹੈ, ਉਹ ਕਹਿ ਰਹੇ ਕਿ 4 ਘੰਟੇ ਲਈ ਮੈਨੂੰ ਪ੍ਰਧਾਨ ਮੰਤਰੀ ਬਣਾਉਣਗੇ, ਤੇ ਦੂਸਰੇ ਪਾਸੇ ਕਹਿ ਰਹੇ ਨੇ ਕਿ ਜਿਹੜੇ ਚੋਣਾਂ ਵਿੱਚ ਖੜੇ ਹੋਏ ਨੇ ਤੇ ਫੰਡ ਜੁਟਾ ਕੇ ਜਿਹੜਾ ਉਹ ਚੋਣਾਂ ਲੜਨਗੇ। ਫਿਲਹਾਲ ਆਉਣ ਵਾਲਾ ਸਮਾਂ ਦੱਸ ਹੀ ਦੇਵੇਗਾ ਕਿ ਨੀਟੂ ਸ਼ਟਰਾ ਵਾਲੇ ਨੂੰ ਇਸ ਵਾਰ ਕਿੰਨੀ ਵੋਟ ਪੈਂਦੀ ਹੈ। ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ। ਕੈਮਰਾਮੈਨ ਸਾਹਿਲ ਦੇ ਨਾਲ ਦਵਿੰਦਰ ਕੁਮਾਰ, ਜਲੰਧਰ।